ਹਉ ਜੀਵਾਂ ਸੁਣ ਸੁਣੇ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ ਤੇਰਾ ਘਰ ਆਨੰਦ ਵਧਾਈ ਤੁਧ ਘਰ ਮਾਣ ਮਹੱਤਾ ਤੇਜ ਆਪਣਾ ਆਪ ਜਰ ਨਾਨਕ ਨਾਮ ਮਿਲੇ ਵਡਿਆਈ ਇਦੋਂ ਉੱਪਰ ਕਰਮ ਨਹੀਂ ਜੇਕਰ ਹੁੰਦੇ ਮੰਗਣ ਜਾਈਐ ਫੇਰ ਅਲਾਂਭਾ ਮਿਲੈ ਤਹੀਂ। ਬਾਬਾ ਜੀ ਬਾਣੀ ਅੰਦਰ ਕਿਰਪਾ ਕਰਦੇ ਹੈ, ਅੱਜ ਜਿਹੜਾ ਰਾਜ ਚੱਲ ਰਿਹਾ ਇਹ ਕਲਯੁੱਗ ਦਾ ਚੱਲ ਰਿਹਾ, ਪਹਿਰਾ ਗੁਰੂ ਨਾਨਕ ਸਾਹਿਬ ਦਾ ਹੈ। ਗੁਰੂ ਨਾਨਕ ਸਾਹਿਬ ਨੇ ਆਪਣੇ ਪਿਆਰਿਆਂ 'ਤੇ ਕਿਰਪਾ ਕੀਤੀ ਹੈ, ਉਹਨਾਂ ਨੂੰ ਨਾਮਦਾਨ ਬਖਸ਼ਿਆ, ਗੁਰੂ ਘਰ ਆਉਣ ਦਾ ਸਮਾਂ ਬਖਸ਼ਿਆ। ਇਹ ਜਿਹੜਾ ਸਮਾਂ ਹੈ ਭਾਗਾਂ ਵਾਲੇ ਜੀਆਂ ਨੂੰ ਮਿਲਦਾ ਹੈ, ਬਿਨਾਂ ਭਾਗਾਂ ਤੋਂ ਇਹ ਸਮਾਂ ਨਹੀਂ ਮਿਲਦਾ। ਕਿਹਦੀ ਵਡਿਆਈ ਹੋ ਰਹੀ ਹੈ? ਗੁਰੂ ਨਾਨਕ ਸਾਹਿਬ ਦੀ ਵਡਿਆਈ। ਸੱਚੇ ਨਾਮ ਕੀ ਹਉ ਜੀਵਾਂ ਸੁਣ ਸੁਣੇ, ਵੱਡਾ ਤੇਰਾ ਦਰਬਾਰ। ਕਿਹੜੇ ਦਰਬਾਰ ਨੂੰ ਵੱਡਾ ਕਿਹਾ? ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ, ਸਤ ਸਤ ਦਾ ਨਿਰਣਾ ਹੁੰਦਾ ਹੋਵੇ, ਬਾਣੀ ਦਾ ਜਾਪ ਹੁੰਦਾ ਹੋਵੇ, ਉਹ ਦਰਬਾਰ ਨੂੰ ਵੱਡਾ ਕਿਹਾ। ਇਹ ਉਹ ਦਰਬਾਰ ਹੈ ਜਿੱਥੇ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ 2 ਸਾਲ ਆਪਣੇ ਚਰਨ ਮੁਬਾਰਕ ਪਾ ਕੇ ਇਸ ਜਗ੍ਹਾ ਨੂੰ ਨਵਾਜਿਆ, ਇੱਥੇ ਬਾਣੀ ਦਾ ਜਾਪ ਕਰਾਇਆ, ਸੁਖਮਨੀ ਸਾਹਿਬ ਦੇ ਪਾਠ ਚਲਾਏ। ਇਹ ਸਮੇਂ ਨੂੰ ਕਿੰਨਾ ਚਿਰ ਹੋ ਗਿਆ। ਉਸ ਤੋਂ ਬਾਅਦ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ, 7 ਸਾਲ ਇੱਥੇ ਤਪੱਸਿਆ ਕੀਤੀ, ਇਸ ਸਾਰੇ ਇਲਾਕੇ ਨੂੰ ਟਾਈਮ ਦਿੱਤਾ, ਸਮਾਂ ਬਖਸ਼ਿਆ, ਸਾਰੇ ਪਿੰਡਾਂ ਵਿੱਚ ਦੀਵਾਨ ਲਾਏ, ਲੱਖਾਂ ਦੁਨੀਆ ਨੂੰ ਅੰਮ੍ਰਿਤ ਛਕਾਇਆ। ਜਿਵੇਂ ਸੰਤ ਗੋਬਿੰਦ ਕਾ ਇੱਕੋ ਕਾਮ, ਸੋਈ ਸੰਤ ਜੋ ਭਾਵੇ ਰਾਮ। ਕਿਸੇ ਨੂੰ ਯਾਦ ਚੇਤੇ ਨਹੀਂ ਸੀ ਕਿ ਇਹ ਜਗ੍ਹਾ ਨੂੰ ਰੰਗ ਭਾਗ ਲੱਗਣਗੇ। ਬਾਬਾ ਈਸ਼ਰ ਸਿੰਘ ਜੀ ਤੋਂ ਬਾਅਦ ਬਈ ਇਹ ਜਗ੍ਹਾ ਬਣੇਗੀ। ਕੱਚੀ ਜਗ੍ਹਾ ਹੁੰਦੀ ਸੀ, ਸਤੀਰੀਆਂ 'ਤੇ, ਗਾਡਰਾਂ 'ਤੇ, ਬਾਲਿਆਂ 'ਤੇ, ਭੋਰਾ ਸਾਹਿਬ ਨਾਲ ਹਾਲ ਸੱਚਖੰਡ। ਪਰ ਜਦੋਂ ਇਹ ਸਮਾਂ ਆਇਆ ਬਣਨ ਦਾ, ਕਲਯੁੱਗ ਨੇ ਆਪਣਾ ਬੜਾ ਜ਼ੋਰ ਲਾਇਆ ਰੋਕਣ ਨੂੰ।
ਪਰ ਧੰਨ ਧੰਨ ਬਾਬਾ ਨਰਾਇਣ ਸਿੰਘ ਜੀ ਮਹਾਰਾਜ, ਉਹਨਾਂ ਦੇ ਹਿੱਸੇ ਵਿੱਚ ਇਹ ਸੇਵਾ ਆਈ। ਥੋੜ੍ਹੇ ਸਮੇਂ ਵਿੱਚ 9-10 ਸਾਲਾਂ ਵਾਸ 13 ਮੰਜ਼ਿਲਾ ਸਥਾਨ ਬਣਿਆ, ਪੱਥਰ ਲੱਗੇ, ਸੋਹਣੇ ਸੱਚਖੰਡ ਬਣੇ ਅਤੇ ਸਿਉਣੇ ਦੇ ਕਲਸ਼ ਵੀ ਲੱਗ ਗਏ। ਇਹ ਕਿਹਦੀ ਕਿਰਪਾ ਹੈ? ਬਾਬਾ ਜੀ ਦੀ ਕਿਰਪਾ ਹੈ। ਇਹ ਸਥਾਨ ਭਾਗਾਂ ਵਾਲਾ ਸਥਾਨ ਹੈ। ਕਿਸੇ ਨੇ ਸਾਨੂੰ ਪੁੱਛਿਆ ਬਈ ਬਾਬਾ ਜੀ ਇਹਦਾ ਪਾਣੀ ਨਿਕਲਦਾ ਸਰੋਵਰ ਦਾ? ਅਸੀਂ ਕਿਹਾ ਨਿਕਲਦਾ। ਉਹਨਾਂ ਨੇ ਕਿਹਾ ਬਾਬਾ ਈਸ਼ਰ ਸਿੰਘ ਜੀ ਦਾ ਬਚਨ ਸੀ, ਅਸੀਂ ਝੋਲਡੀ ਪਾਣੀ ਨਿਕਲਦਾ ਰੱਖਾਂਗੇ। ਫਿਰ ਡਾਟਾਂ ਦਾ ਬਚਨ ਹੋਇਆ, ਜਦੋਂ ਗੁਰਦੁਆਰਾ ਤਮੀਲ ਕਰਾਇਆ ਨਾਨਕਸਰ ਕਲੇਰਾਂ, ਮੂਹਰੇ ਰਾਗੀ ਸਿੰਘ ਕਹਿਣ ਲੱਗੇ ਬਾਬਾ ਜੀ। ਬਾਬਾ ਜੀ ਨੇ ਕਿਹਾ ਜਿੱਥੇ 12 ਦਰੀ ਹੈ ਵੀ 12 ਦਰੀ ਨੂੰ 4 ਸਵੇਰੇ ਡਾਟਾਂ ਲਾਉਣੀਆਂ। ਉਹ ਮਿਸਤਰੀ ਕਹਿਣ ਲੱਗੇ ਨਹੀਂ ਬਾਬਾ ਜੀ, ਇਹ ਤਾਂ 12 ਦਰੀ ਬਣਾਉਣੀ ਆ। ਬਾਬਾ ਜੀ ਕਹਿੰਦੇ ਚੰਗਾ, ਤੁਹਾਡੀ ਮਰਜ਼ੀ ਆ, ਅਸੀਂ ਝੋਲਡੀ ਡਾਟਾਂ ਬਣਾ ਲਾਂਗੇ। ਇਹ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦਾ ਵਚਨ ਹੈ। ਫਿਰ ਆ ਝੋਲਡੀ ਵੇਖੋ, ਇਹ 13 ਮੰਜ਼ਿਲੇ ਸਥਾਨ 'ਤੇ ਸਾਰੀਆਂ ਹੀ ਡਾਟਾਂ ਲੱਗੀਆਂ ਹੋਈਆਂ। ਇਹ ਬਾਬਾ ਜੀ ਦੇ ਵਚਨਾਂ ਅਨੁਸਾਰ ਜੋ ਪ੍ਰੋਗਰਾਮ ਚੱਲ ਰਹੇ ਹੈ ਉਵੇਂ ਹੀ ਚੱਲ ਰਹੇ ਹੈ। ਪਾਠ ਵੀ ਬਚਨਾਂ ਅਨੁਸਾਰ ਚੱਲ ਰਹੇ ਹੈ। ਆਹ ਸਮਾਂ ਵੀ ਜਿਹੜਾ ਤੁਸੀਂ ਸੰਗਤਾਂ ਬਾਬਾ ਜੀ ਦੇ ਪਿਆਰ ਵਾਲੀਆਂ, ਸ਼ਰਧਾ ਵਾਲੀਆਂ ਐਤਵਾਰ ਵਾਲੇ ਦਿਨ ਟਾਈਮ ਕੱਢਦੇ ਹੋ, ਨਿਤਨੇਮ ਕਰਦੇ ਹੋ ਸੁਖਮਨੀ ਸਾਹਿਬ ਦਾ, ਇਹ ਵੀ ਭਾਈ ਭਾਗਾਂ ਵਾਲਿਆਂ ਦੇ ਹਿੱਸੇ ਵਿੱਚ ਆਉਂਦੀ ਹੈ। ਇਹ ਜਿਹੜਾ ਸਿਫਤ ਹੈ, ਸਿਫਤ ਨੂੰ ਕਿਸੇ ਰੰਗ ਵਿੱਚ ਕਰ ਲਓ, ਕੀਰਤਨ ਵਿੱਚ ਕਰ ਲਓ, ਬੋਲ ਕੇ ਕਰ ਲਵੋ, ਪਾਠ ਕਰ ਲਵੋ, ਇਹ ਕਿਹਦੀ ਸਿਫਤ ਹੈ? ਗੁਰੂ ਨਾਨਕ ਸਾਹਿਬ ਦੀ ਸਿਫਤ ਹੈ। ਜਿਹੜਾ ਬੰਦਾ ਵੀ ਕਰਦਾ ਉਹ ਭਾਗਾਂ ਵਾਲਾ ਹੋ ਜਾਂਦਾ ਹੈ। ਬਾਬਾ ਜੀ ਬਾਣੀ ਅੰਦਰ ਵੀ ਕਿਰਪਾ ਕਰਦੇ ਆ, ਸਿਫਤ ਖਜ਼ਾਨਾ ਬਖਸ਼ ਹੈ, ਜਿਸ ਬਖਸ਼ੈ ਸੋ ਖਰਚੈ ਖਾਏ, ਸਤਿਗੁਰ ਬਿਨ ਹੱਥ ਨਾ ਆਵਈ, ਸਭ ਥੱਕੇ ਕਰਮ ਕਮਾਏ, ਪੁੱਤੀ ਗੰਢ ਪਵੈ ਸੰਸਾਰ, ਭੁੱਖਿਆਂ ਗੰਢ ਪਵੈ ਜਾਂ ਖਾਏ, ਵੇਦਾਂ ਗੰਢ ਬੋਲੈ ਸੱਚ ਕੋਏ, ਨਾਨਕ ਆਖੈ ਇਹੋ ਵਿਚਾਰ, ਸਿਵਤੀ ਗੰਢ ਪਵੈ ਦਰਬਾਰ। ਜਿਹੜਾ ਜੀਵ ਆਪਣੇ ਮਾਲਕ ਦੀ ਸਿਫਤ ਕਰਦਾ ਹੈ, ਨਾਮ ਜਪਦਾ ਹੈ, ਅੰਮ੍ਰਿਤ ਵੇਲੇ ਉੱਠਦਾ ਹੈ, ਉਹਦੀ ਦਰਬਾਰ ਵਿੱਚ ਗੰਢ ਪੈ ਜਾਂਦੀ ਹੈ। ਸਾਡੇ ਲਗਾਤਾਰ ਪ੍ਰੋਗਰਾਮ ਚੱਲ ਰਹੇ ਸੀ ਅਤੇ ਅੱਜ ਸਵੇਰੇ ਫੁਰਨਾ ਬਣ ਗਿਆ। ਇਹ ਸਾਨੂੰ ਸਾਡਾ ਮੁੰਡਾ ਬਿੰਦਰ ਕਹਿਣ ਲੱਗਿਆ ਬਾਬਾ ਜੀ ਅੱਜ ਐਤਵਾਰ ਹੈ। ਮੈਂ ਕਿਹਾ ਵੀ ਆਪਾਂ ਭਦੌੜ ਜਾਣਾ ਹੈ, ਉੱਥੇ ਕੋਈ ਮੀਟਿੰਗ ਸੀ, ਚਲੋ ਆਪਾਂ ਇੱਧਰ ਦੀ ਹੋ ਕੇ ਚੱਲਾਂਗੇ। ਅਤੇ ਜਦੋਂ ਅਸੀਂ ਇੱਥੇ ਹੁੰਦੇ ਹਾਂ ਉਦੋਂ ਸਾਡਾ ਫੁਰਨਾ ਹੀ ਹੁੰਦਾ ਇਦੋਂ ਆਉਣ ਦਾ ਇਹ ਜਗ੍ਹਾ 'ਤੇ। ਪਰ ਕਿਉਂ
ਤੁਸੀਂ ਭਾਈ ਸੰਗਤਾਂ ਬਹੁਤ ਵੱਡੇ ਭਾਗਾਂ ਵਾਲੇ ਹੋ ਜਿਹੜੇ ਇੱਥੇ ਆ ਕੇ ਨਿਤਨੇਮ ਕਰਦੇ ਹੋ। ਫਿਰ ਇੱਕ ਬਾਬਾ ਜੀ ਦਾ ਤੁਹਾਨੂੰ ਬਚਨ ਸੁਣਾਈਏ, ਆਪਣੇ ਬਰਨਾਲੇ ਤੋਂ ਆਸਾ ਸੋ ਹੋਣੀ ਇੱਥੇ ਦਰਸ਼ਨ ਕਰਨ ਆਏ। ਬਾਬਾ ਜੀ ਨੇ ਉਹਨਾਂ ਕੋਲ ਬਚਨ ਕੀਤਾ, ਬਈ ਅਸੀਂ ਇਹ ਜਗ੍ਹਾ 'ਤੇ ਸਾਡਾ ਮਨ ਹੁੰਦਾ, ਅਸੀਂ ਇੱਥੇ ਹਾਜ਼ਰ ਹੁੰਦੇ ਹਾਂ, ਇਹ ਕਿੱਡੀ ਵੱਡੀ ਗੱਲ ਹੈ। ਫਿਰ ਇੱਕ ਬਾਬਾ ਜੀ ਦਾ ਵਚਨ ਹੋਰ ਸੀ, ਜਦੋਂ ਭਾਦੋਂ ਦੀ ਬਰਸੀ ਹੁੰਦੀ ਸੀ ਨਾ, ਬਾਬਾ ਜੀ ਬਰਸੀ ਤੋਂ ਬਾਅਦ ਇੱਕਦਮ ਝੋਰੜੀ ਆਉਂਦੇ ਸੀ, ਉੱਥੋਂ ਦੀ ਆ ਜਿਹੜੀ ਆਵੋ ਹਵਾ ਹੈ ਉਹ ਖਰਾਬ ਹੋ ਜਾਂਦੀ ਸੀ। ਹੁਣ ਤਾਂ ਬਾਥਰੂਮ ਬਹੁਤ ਬਣ ਗਏ ਚਾਰ ਸਪੇਰੇ, ਉਹਨਾਂ ਸਮਿਆਂ 'ਚ ਬਾਥਰੂਮ ਨਹੀਂ ਹੁੰਦੇ ਸੀ। ਬਾਣਾਂ ਦੇ ਵਿੱਚ ਜਿਹੜੀਆਂ ਸਫਾਂ ਹੁੰਦੀਆਂ ਸੀ ਉਹਨਾਂ ਦੇ ਹੀ ਪਰਦੇ ਕਰ ਦਿੰਦੇ ਸੀ, ਬਹੁਤ ਹੀ 50-60 ਥਾਂ ਥਾਂ 'ਤੇ ਪਾਠੀ ਸਿੰਘਾਂ ਦੇ ਜਾਣ ਵਾਸਤੇ, ਸੰਗਤਾਂ ਦੇ ਜਾਣ ਵਾਸਤੇ ਬਾਥਰੂਮ ਇਉਂ ਕਰਦੇ ਸੀ, ਅਤੇ ਆਵੋ ਹਵਾ ਬਦਲ ਜਾਂਦੀ ਸੀ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜਦੋਂ ਭੋਗ ਪਿਆ ਬਾਬਾ ਆਨੰਦ ਸਿੰਘ ਜੀ ਦੀ ਵਰਸੀ 'ਤੇ, ਅਤੇ ਉਦੋਂ ਹੀ ਬਾਬਾ ਜੀ ਨੇ ਤਿਆਰੀ ਕਰਤੀ, ਇੱਧਰ ਆਪਣੇ ਵਾਲੇ ਪਾਸੇ ਗਾਗਰਸਰ ਕੰਨੀ ਗੱਡੀ ਲੱਗ ਗਈ ਬਾਬਾ ਜੀ ਦੀ। ਸਰਦਾਰ ਬਲਵੀਰ ਸਿੰਘ ਹੰਸਰਾ ਉਹਨਾਂ ਦਾ ਪਰਿਵਾਰ, ਉਹ ਮਾਤਾ ਨੇ ਸਾਨੂੰ ਗੱਲ ਦੱਸੀ, ਉਹਨਾਂ ਦੇ ਪਿਤਾ ਜੀ ਸਾਰਾ ਪਰਿਵਾਰ ਭੱਜ ਕੇ ਗੱਡੀ ਮੂਹਰੇ ਆ ਗਏ, ਅਤੇ ਬਾਬਾ ਜੀ ਕੋਲ ਜਦੋਂ ਆਏ, ਬਾਬਾ ਜੀ ਉਹ ਜਿਵੇਂ ਪਿਆਰ ਨਾਲ ਕੋਈ ਸਾਡੇ ਨਾਲ ਗੱਲਾਂ ਕਰ ਲਏ ਜਾਂ ਉਹ ਇਸ ਤਰ੍ਹਾਂ ਬਾਬਾ ਜੀ ਨਾਲ ਗੱਲ ਕਰ ਲੈਂਦੇ ਸੀ। ਅਤੇ ਉਹ ਸੰਤਾ ਸਿੰਘ ਕਹਿਣ ਲੱਗਿਆ, ਬਾਬਾ ਜੀ ਆਪ ਜੀਆਂ ਨੇ ਹਜੇ ਤਾਂ ਮੇਲ ਨਹੀਂ ਤੁਰਿਆ, ਏਡੀ ਛੇਤੀ ਤਿਆਰੀ ਕਰ ਲਈ। ਬਾਬਾ ਜੀ ਕਹਿੰਦੇ, ਭਾਈ ਮੇਲ 'ਚੋਂ ਜਿਹਨੇ ਦਰਸ਼ਨ ਮੇਲਾ ਕਰਨਾ ਹੋਵੇਗਾ ਝੋਰੜੀ ਆ ਜਾਵੇ। ਇਹ ਸਰਦਾਰ ਬਲਵੀਰ ਸਿੰਘ ਹੰਸਰਾ ਉਹਨਾਂ ਦੇ ਘਰੋਂ ਮਾਤਾ ਦਾ ਬਚਨ ਹੈ। ਕਹਿੰਦੇ ਅਸੀਂ ਬਾਬਾ ਜੀ ਦੇ ਕੋਲੇ ਖੜ੍ਹੇ ਹੈ, ਬਾਬਾ ਜੀ ਕਹਿੰਦੇ ਉੱਥੇ ਆ ਜਾਵੇ। ਅਤੇ ਫਿਰ ਸੰਤਾ ਸਿੰਘ ਬੋਲਿਆ, ਬਾਬਾ ਜੀ ਉੱਥੇ ਤੁਹਾਡਾ ਜੀ ਵੱਧ ਲੱਗਦਾ ਹੈ? ਬਾਬਾ ਜੀ ਕਹਿੰਦੇ, ਬਈ ਹਾਂ, ਨਾਨਸਰ ਕਲੇਰੀ ਕਿਹਾ 50 ਪੈਸੇ, ਅਤੇ ਇਹ ਜਗ੍ਹਾ ਨੂੰ 13 ਮੰਜ਼ਲੇ ਸਥਾਨ ਨੂੰ ਕਿਹਾ ਉੱਥੇ ਰੁਪਈਆ, ਇੰਨਾ ਮਨ ਲੱਗਦਾ ਸਾਡਾ। ਇਹ ਟਿੱਬਿਆਂ ਦੀ ਧਰਤੀ ਹੈ, ਇੱਥੋਂ ਦਾ ਪਾਣੀ ਵੀ ਵੱਸ ਹੈ, ਅਤੇ ਇਸ ਲਈ ਬਾਬਾ ਜੀ ਇੱਥੇ 7 ਸਾਲ ਰਹੇ। ਫਿਰ ਜਲ ਵੀ ਇਸੇ ਲਈ ਬਾਬਾ ਜੀ ਮਗਰੋਂ 7-8 ਸਾਲ ਉੱਥੇ ਮੰਗਾ ਕੇ ਸਕਦੇ ਰਹੇ, ਜਿਹਦੀ ਮਹਾਨ ਸੇਵਾ ਜਿਵੇਂ ਤੀਜੇ ਪਾਤਸ਼ਾਹ ਨੇ ਕੀਤੀ ਗਾਗਰ ਦੀ ਦੂਜੇ ਪਾਤਸ਼ਾਹ ਲਈ। ਧੰਨ ਧੰਨ ਬਾਬਾ ਨਰਾਇਣ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਵਾਸਤੇ, ਇੱਥੋਂ ਜਲਦੀ ਗਾਗਰ ਲਿਜਾਂਦੇ ਰਹੇ ਛਕਣ ਵਾਸਤੇ। ਇਹ ਬਹੁਤ ਤਪੱਸਿਆ ਵਾਲੀ ਜਗ੍ਹਾ ਹੈ ਜਿੱਥੇ ਤੁਸੀਂ ਸੰਗਤਾਂ ਆ ਕੇ ਸੁਖਮਨੀ ਸਾਹਿਬ ਦੇ ਪਾਠ ਕਰਦੇ ਹੋ ਜਾਂ ਜਪਜੀ ਸਾਹਿਬ ਦੇ ਪਾਠ ਕਰਦੇ ਹੋ, ਇੱਥੇ ਆ ਕੇ ਆਨੰਦ ਮਾਣਦੇ ਹੋ। ਜਿੰਨਾ ਸਮਾਂ ਸਾਡਾ ਇਹ ਗੁਰੂ ਘਰ ਦੇ ਵਿੱਚ ਲੱਗਦਾ ਬੈਠ ਕੇ, ਉਹ ਧਰਮਰਾਜ ਦੇ ਕੋਲ ਦਰਗਾਹ ਵਿੱਚ ਲਿਖਿਆ ਜਾਂਦਾ।
ਇਸ ਸਮੇਂ ਨੂੰ ਕੋਈ ਬਦਲ ਨਹੀਂ ਸਕਦਾ, ਇਸ ਸਮੇਂ ਨੂੰ ਕੋਈ ਸਾਥੋਂ ਖੋ ਨਹੀਂ ਸਕਦਾ, ਇਹ ਇਸ ਤਰ੍ਹਾਂ ਦਾ ਸਮਾਂ ਹੈ। ਬਾਬਾ ਜੀ ਕਿਰਪਾ ਕਰਦੇ ਸੀ, ਭਾਈ ਇਹ ਦਰਗਾਹੀ ਜਗ੍ਹਾ ਹੈ, ਇਹ ਬਾਬਾ ਈਸ਼ਰ ਸਿੰਘ ਜੀ ਦਾ ਵਚਨ ਹੈ, ਇਹ ਦਰਗਾਹੀ ਜਗ੍ਹਾ ਹੈ, ਜਿਹੜਾ ਇਸ ਦਰਗਾਹੀ ਜਗ੍ਹਾ 'ਤੇ ਨਿਤਨੇਮ ਕਰੇਗਾ, ਬਾਣੀ ਪੜ੍ਹੇਗਾ, ਸਿਮਰਨ ਸੇਵਾ ਕਰੇਗਾ, ਝਾੜੂ ਮਾਰੇਗਾ, ਉਹਨੂੰ ਜ਼ਰੂਰ ਬਾਬਾ ਜੀ ਉਹਦੇ 'ਤੇ ਮਿਹਰਾਂ ਕਰਨਗੇ। ਇਸ ਲਈ ਗੁਰਮੁਖ ਪਿਆਰਿਓ, ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਹੋ ਜਿਹੜੇ ਇੱਥੇ ਆ ਕੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ। ਬਾਬਾ ਜੀ ਤੁਹਾਡੇ 'ਤੇ ਮਿਹਰਾਂ ਕਰਦੇ ਆ, ਤੁਹਾਡੇ ਫੁਰਨੇ ਬਣਾਉਂਦੇ ਆ। ਬਾਬਾ ਜੀ ਦਾ ਵਚਨ ਸੀ, ਕੋਈ ਵੀ ਸੱਚੇ ਹਿਰਦੇ ਨਾਲ ਇੱਥੇ ਅਰਦਾਸ ਕਰੇਗਾ, ਉਹਦੀਆਂ ਬਾਬਾ ਜੀ ਕਹਿੰਦੇ ਸੀ ਮੰਗਾਂ ਪੂਰੀਆਂ ਹੋਣਗੀਆਂ। ਸੱਚਾ ਹਿਰਦਾ ਕਿਹਨੂੰ ਕਹਿੰਦੇ ਆ? ਬੰਦੇ ਦੇ ਹਰ ਵਕਤ ਚੰਗੇ ਮਾੜੇ ਫੁਰਨੇ ਦੌੜਦੇ ਰਹਿੰਦੇ ਆ ਦਿਮਾਗ 'ਚ। ਜਦੋਂ ਆਪਾਂ ਅਰਦਾਸ ਕਰੀਏ, ਇੱਕ ਮਨ ਇੱਕ ਚਿੱਤ ਹੋ ਕੇ, ਸਾਡੇ ਜਿਵੇਂ 10 ਮਿੰਟ ਵੀ 10 ਸਕਿੰਟ ਵੀ ਸਾਡਾ ਮਨ ਜੁੜ ਗਿਆ ਤਾਂ ਜਿਹੜਾ ਵੀ ਅਸੀਂ ਮਨ ਫੁਰਨਾ ਬਣਾ ਲਿਆ ਪੂਰਾ ਹੋ ਸਕਦਾ ਹੈ। ਏਡੀ ਵੱਡੀ ਮਿਹਰ ਹੈ। ਇੱਥੇ ਗੁਰੂ ਨਾਨਕ ਸਾਹਿਬ ਕਿਤੇ ਗਏ ਨਹੀਂ, ਜਿਵੇਂ ਜੈ ਜੈ ਪੇਖੋ ਤਾਂ ਹਜ਼ੂਰ ਦੂਰ ਕਥੂ ਨਾ ਜਾਈ, ਰੱਬ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ, ਈਤ ਊਤ ਨਾ ਵਿਸੜੈ ਸੋ ਸੰਗੀ ਗਣੀਆਂ। ਮਾਲਕ ਕਿਤੇ ਵਿਸੜਦਾ? ਉਹ ਤਾਂ ਭਾਈ ਸਰਧਾ ਵਾਲਿਆਂ ਦੇ, ਭਾਵਨਾ ਵਾਲਿਆਂ ਦੇ ਸਦਾ ਨੇੜੇ ਰਹਿੰਦਾ ਹੈ। ਜਿੱਥੇ ਵੀ ਉਹ ਜਾ ਵੜਨ, ਉੱਥੇ ਹੀ ਇੱਥੋਂ ਦਾ ਧਿਆਨ ਧਰ ਕੇ ਅਸੀਂ ਅਰਦਾਸ ਬੇਨਤੀ ਕਰਾਂਗੇ, ਬਾਬਾ ਜੀ ਸਾਡੇ 'ਤੇ ਮਿਹਰਾਂ ਕਰਨਗੇ। ਇਸ ਲਈ ਤੁਸੀਂ ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚੇ ਹੋ, ਸਾਰੇ ਬਹੁਤ ਵੱਡੇ ਭਾਗਾਂ ਵਾਲੇ ਹੋ। ਵਡਿਆਈ ਸੱਚੇ ਨਾਮ ਕੀ ਹਉ ਜੀਵਾ ਸੁਣ ਸੁਣੇ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤਾਕਤ, ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ। ਤੇਰਾ ਘਰ ਆਨੰਦ ਵਧਾਈ, ਆਨੰਦ ਵਧਾਈ ਕਿੱਥੇ ਹੈ? ਗੁਰੂ ਨਾਨਕ ਦੇ ਦਰ ਉੱਤੇ। ਤੇਰਾ ਘਰ ਆਨੰਦ ਵਧਾਈ ਤੁਧ ਘਰ, ਮਾਣ ਮਹੱਤਾ ਤੇਜ ਆਪਣਾ ਆਪ ਜਰ, ਨਾਨਕ ਨਾਮ ਮਿਲੇ ਵਡਿਆਈ, ਇਦੋਂ ਉੱਪਰ ਕਰਮ ਨਹੀਂ। ਜੇਕਰ ਹੁੰਦੇ ਮੰਗਣ ਜਾਈਐ ਫੇਰ ਅਲਾਂਬਾ ਮਿਲੈ ਤਹੀਂ। ਇਹ ਕਿਹਦਾ ਘਰ ਹੈ? ਗੁਰਮੁਖ ਪਿਆਰਿਆਂ ਦਾ, ਨਾਮ ਜਪਣ ਵਾਲਿਆਂ ਦਾ, ਬਾਣੀ ਪੜ੍ਹਨ ਵਾਲਿਆਂ ਦਾ। ਜੇ ਅਸੀਂ ਏਡੇ ਵੱਡੇ ਦਰ ਨੂੰ ਛੱਡ ਕੇ ਕਿਸੇ ਮੰਗਤਿਆਂ ਦੇ ਦਰ 'ਤੇ ਜਾਵਾਂਗੇ, ਭੂਤਾਂ ਪ੍ਰੇਤਾਂ ਵਾਲੇ ਦਰ 'ਤੇ ਜਾਵਾਂਗੇ, ਕੋਈ ਝੂਠਿਆਂ ਲੋਕਾਂ ਦੇ ਦਰ 'ਤੇ ਜਾਵਾਂਗੇ, ਫਿਰ ਬਾਬਾ ਜੀ ਕਹਿੰਦੇ ਅਗਲੇ ਕਹਿਣਗੇ ਦੇਖੋ ਬਾਬਿਆਂ ਦਾ ਸੇਵਕ ਕਿੱਥੇ ਤੁਰਿਆ ਫਿਰਦਾ। ਇਸ ਲਈ ਬਾਬਾ ਜੀ ਦਾ ਵਚਨ ਹੈ, ਇੱਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ, ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ। ਇੱਕ ਦਾਤਾ, ਇੱਕ ਬਾਬਾ ਜੀ ਹੈ, ਇੱਕ ਗੁਰੂ ਗ੍ਰੰਥ ਸਾਹਿਬ ਹੈ, ਇਹ ਸਾਡੇ ਦਾਤੇ ਹੈ, ਅਸੀਂ ਇਹਨਾਂ ਨੂੰ ਮੰਨਣਾ, ਫਿਰ ਸਾਨੂੰ ਕੀ ਮਿਲੇਗਾ? ਇਹ ਲੋਕ ਸੁਖੀਏ ਪਰਲੋਕ ਸਹੇਲੇ,
ਨਾਨਕ ਹਰ ਪ੍ਰਭ ਆਪੇ ਹੀ ਮੇਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ।